ਸਾਡੇ ਪਾਸ ਮੌਂ ਪਹੁੰਚਿਆ ਕੀ ਕਹਾਂਗੇ ਜੀ ਅੱਜ ਬੜੀ ਖੁਸ਼ੀ ਮਨਾਈ ਜਾ ਰਹੀ ਹੈ ਅੱਜ ਸਾਡੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੀ ਝੋਲੀ ਖੁਸ਼ੀਆਂ ਨਾਲ ਭਰੀ ਅਸੀਂ 2 ਸਾਲ ਤੋਂ ਸ਼ਾਂਤ ਬੈਠੇ ਸੀਗੇ ਅੱਜ ਸਾਡੇ ਸਾਰਿਆਂ ਦੇ ਮਨਾਂ ਦੇ ਵਿੱਚ ਬਹੁਤ ਚਾਅ ਦਾ ਅੱਜ ਸਾਨੂੰ ਨੀਂਦ ਵੀ ਨਹੀਂ ਆਉਣੀ ਤੇ ਚਾਹ ਦੇ ਵਿੱਚ ਅਸੀਂ ਕੁਛ ਖਾਧਾ ਪੀਤੀ ਨਹੀਂ ਸੋ ਵਾਹਿਗੁਰੂ ਦਾ ਕੋਟ ਕੋਟ ਸ਼ੁਕਰਾਨਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਸਿੱਧੂ ਵੀਰਾ ਡਾਊਨ ਟੂ ਅਰਥ ਸੀ ਮੈਂ ਉਦਣ ਦੇ ਨੰਗੇ ਪੈਰੀਆਂ ਮੈਂ ਮਨ ਦੇ ਵਿੱਚ ਇੱਕੋ ਸੁੱਖ ਸੁੱਖ ਚੁੱਕੀ ਹੋਈ ਸੀ ਮੇਰੀ ਆਪਣਾ ਫਾਇਦਾ ਸੀ ਮਾਰਦਾ ਤੇ ਧੱਕ ਮਾਵੇ ਟਿੱਬਿਆਂ ਦੇ ਵਿੱਚ ਬਾਈ ਸਾਡਾ ਲੋਹੜੀ ਦਿਵਾਲੀ ਅੱਛੀ ਹੈ ਬਾਲਾ ਵਧੀਆ ਜੀ ਬਾਰੀ ਖੁਸ਼ੀ ਆ ਜਿੰਨੀ ਖੁਸ਼ੀ ਅੱਜ ਸਾਨੂੰ ਹੋਈ ਆ ਮੈਂ ਕਹਿੰਦੀ ਕਿਤੇ ਹੋਈ ਨੀ ਜਿੰਨੀ ਅੱਜ ਖੁਸ਼ੀ ਹੋਈ ਆ ਬਹੁਤ ਖੁਸ਼ੀ ਹੈ ਜੀ ਕੱਲ ਤੋਂ ਬਾਅਦ ਇੱਧਰ ਕਣਕਾਂ ਵਿੱਚ ਕਣਕਾਂ ਦੇ ਨਾ ਬੇਬੀ ਗੱਲਾਂ ਕਰਾਂਗੇ ਦੋਨੇ ਪੇਟ ਪਤਾ ਬਹੁਤ ਉਡੀਕ ਰਹੇ ਸੀ ਜੀ ਸਾਰਿਆਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਜੀ ਅੱਜ ਇੰਜੋਏ ਕਰ ਰਹੇ ਬੋਲ ਬਹੁਤ ਚਾਹੀ ਅੱਜ ਸਾਥੋਂ ਖੁਸ਼ੀ ਆਪਦੀ ਸੰਭਾਲੀ ਨਹੀਂ ਜਾਂਦੀ ਸਾਨੂੰ ਬਹੁਤ ਹੀ ਚਾਹੀ ਖੁਸ਼ੀ ਵਿੱਚ ਪਕਾਰ ਨਹੀਂ ਕੋਈ ਬੋਲੀ ਸਿੱਧੂ ਮੂਸੇ ਵਾਲਾ ਨੂੰ ਜਾਣ ਕੇ ਨਵੇਂ ਛੋਟੇ ਸਿੱਧੂ ਨੇ ਵੱਡੇ ਪੈਰੀ ਪੱਗ ਗਿਆ ਸੀ ਛੋਟੇ ਪੈਰੀ ਆ ਗਿਆ ਮੇਰਾ ਸਿੱਧੂ ਵੀਰ ਆ ਗਿਆ ਅੱਜ ਬਹੁਤ ਹੋਈਆਂ ਖੁਸ਼ੀਆਂ ਸਾਡਾ ਸਿੱਧੂ ਵੀਰ ਆ ਗਿਆ ਬਹੁਤ ਸਾਡੀਆਂ ਸਾਡੇ ਬਾਪੂ ਜੀ ਦੇ ਘਰੇ ਖੁਸ਼ੀ ਆ ਗਈ ਸਾਨੂੰ ਬਹੁਤ ਬਹੁਤ ਚਾਗਾ ਵੀਰੇ ਬਹੁਤ ਚਾਗਾ ਵੀਰੇ ਸਾਨੂੰ ਬਹੁਤ ਚਾ ਵੀਰੇ ਮੇਰੇ ਤਸਵੀਰਾਂ ਦਿਖਾਵਾਂਗੇ ਦੀਵਾਲੀ ਵਰਗਾ ਮਾਹੌਲ ਬਣ ਚੁੱਕਿਆ ਕਿਉਂਕਿ ਬਹੁਤ ਸਮੇਂ ਬਾਅਦ ਜਿਹੜਾ ਇੱਥੇ ਅੱਜ ਖੁਸ਼ੀ ਪਰਤੀ ਹੈ ਸਿੱਧੂ ਮੂਸੇਵਾਲਾ ਦੀਆਂ ਗੱਲਾਂ ਸਨਾਟਾ ਸਾਇਆ ਹੋਇਆ ਸੀ ਤੁਸੀਂ ਦੇਖੋ ਦੀਵਾਲੀ ਦਾ ਤਿਉਹਾਰ ਹੋਵੇ ਜਾਂ ਹੋਰ ਤਿਉਹਾਰ ਨਹੀਂ ਮਨਾਏ ਸੀ ਅੱਜ ਮੂਸੇ ਦੇ ਵਿੱਚ ਤਿਉਹਾਰ ਮਨਾਏ ਜਾ ਰਿਹਾ ਤੁਸੀਂ ਦੇਖੋ ਕਿੰਨੀ ਖੁਸ਼ੀ ਜਿਹੜੀ ਮਨਾਈ ਜਾ ਰਹੀ ਆ ਤਾਂ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਸਿੱਧੂ ਮੂਸੇਵਾਲਾ ਦੀ ਹਵੇਲੀ ਦੇ ਬਾਹਰ ਜਿਹੜਾ ਮਾਹੌਲ ਬਣਿਆ ਹੋਇਆ ਖੁਸ਼ੀ ਦਾ ਜਿਸ ਤਰ੍ਹਾਂ ਕੋਈ ਵੱਡਾ ਤਿਉਹਾਰ ਹੋਵੇ ਅਮਰਜੀਤ ਸਿੰਘ ਪੰਜਾਬ